ਵਿਕਾਸ ਰਸ਼ੀਦ ਸਾਹਿਬ ਸਨ ਇੱਕ ਵਿਵਰਸ ਨੇ ਇੰਗਲੈਂਡ ਤੋਂ, ਉਹਨੇ ਜਨਾਬ ਰਿਕੁਐਸਟ ਕੀਤੀ ਸੀ ਕਿ ਸਾਨੂੰ ਗਰਾਂ ਜਾਓ ਉੱਥੇ ਇੱਕ ਵੀਡੀਓ ਬਣਾਓ। ਲੱਦਰ ਸਰ ਜ਼ਿਆਦਾ ਮੂਵਮੈਂਟ ਤਾਂ ਪਾਣੀ ਚਲਾ ਗਿਆ, ਲੱਦਰ ਮੈੜੇ ਵਿੱਚ ਗਿਣਿਆ ਜਾਣਾ। ਅਸੀਂ ਮੰਗਲਾ ਡੇਮ ਨੂੰ ਫਾਇਦਾ ਜਾਂ ਨੁਕਸਾਨ ਆਪਣੇ ਜ਼ਿਹਨ ਦੇ ਮੁਤਾਬਿਕ ਕਿਆ ਬਣਾ? ਅਸੀਂ ਸਰ ਫਾਇਦਾ ਹੋਣਾ ਚਾਹੀਦਾ, ਲੇਕਿਨ ਸਾਹਿਬ ਨਾ ਹੋਰ ਨਹੀਂ ਗਿਆ। ਕਿਆ ਨਾਮ ਸਾਨਾ? ਸੁਭਾਨ ਕੀ ਹੈ ਮਲੀ ਹੈ, ਕਿਤਨਾ ਵਜ਼ਨ ਹੋ ਸੀ ਨਾ, ਕੰਡੇ ਨਹੀਂ ਮਾਰਨੀ। ਦੇਖੋ ਜੀ ਅਸਾਂ ਨੇ ਦੋਸਤਾਂ ਮੱਛੀ ਪੋੜੀ ਹੈ, ਇੱਕ ਘੁੰਮਣ ਖਾਸੀ ਹੈ। ਅਊਜ਼ ਬਿਲਾਹੀ ਮਿਨ ਸ਼ੈਤਾਨ ਰਜੀਮ, ਬਿਸਮਿਲ੍ਲਾਹਿ ਰਹਿਮਾਨ ਰਹੀਮ। ਲੱਖਾਂ ਕਰੋੜਾਂ ਦੁਦੋ ਸਲਾਮ ਹਜ਼ਰਤ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਾਲੇ ਵਸੱਲਮ ਪਰ ਤਨਨੀ ਆਲ ਪਰ ਵਿਵਰਸਾਂ ਤੱਕ ਲੱਗੇ ਹੋਏ ਯੂਟਿਊਬ ਚੈਨਲ ਔਰ ਫੇਸਬੁੱਕ ਪੇਜ ਚੱਕ ਸਵਾਰੀ ਟੀ ਵੀ ਔਫਿਸ਼ੀਅਲ, ਔਰ ਮੈਂ ਸਾਨੂੰ ਮੇਜ਼ਬਾਨ ਹਸਨ ਵਕਾਸ ਜੀ। ਵਿਵਰਸ ਸਾਨੂੰ ਪਤਾ ਹੀ ਹੈ ਕਿ ਮੰਗਲਾ ਡੈਮ ਕਾਫੀ ਸਪੀਡ ਨਾਲ ਵਧੀ ਰਿਹਾ ਹੈ। ਸੋ ਇਸ ਟਾਈਮ ਜਨਾਬ ਉਸਦੀ ਜਿਹੜੀ ਹਾਈਟ ਹੈ 1242 ਉਹ ਮੁਕੰਮਲ ਹੋ ਗਈ ਹੈ, ਹੁਣ ਪਾਣੀ ਰੁਕੀ ਗਿਆ ਹੈ। ਅਤੇ ਅਸਾਂ ਜਨਾਬ ਇੱਕ ਵਿਵਰਸ ਹਨ, ਇੱਕ ਸਬਸਕ੍ਰਾਈਬਰ ਹਨ ਇੰਗਲੈਂਡ ਤੋਂ, ਉਹਨਾਂ ਜਨਾਬ ਰਿਕੁਐਸਟ ਕੀਤੀ ਸੀ ਕਿ ਅਸਾਂ ਗਰਾਂ ਜਾਓ ਅਤੇ ਉੱਥੇ ਵੀਡੀਓ ਬਣਾਓ ਜੀ। ਵਿਵਰ ਅਸਾਂ ਦੇ ਮੌਜੂਦਾ ਚਕਸਵਾਰੀ ਨੇ ਇੱਕ ਗਾਉਂ ਹੈ ਲੱਦੜ, ਲੱਦੜ ਦੇ ਅੰਦਰ ਇੱਕ ਛੋਟਾ ਜਿਹਾ ਹੋਰ ਗਾਉਂ ਹੈ, ਉਸਦਾ ਨਾਮ ਹੈ ਬਾਣੀਆਂ ਨਾ ਗਰਾਂ, ਅਗਰ ਮੈਂ ਗਲਤ ਨਾ ਤਾਂ। ਅਗਰ ਉੱਥੇ ਬੰਦਾ ਸੰਗਲ ਬਸ ਕੋਲ ਪੁੱਛੀ ਕਿਸਾਨ ਸਹੀ ਨਾ, ਅਸੀਂ ਸਮਝ ਨਹੀਂ ਸੀ ਲੱਗੀ, ਉਹਨੇ ਦੱਸਿਆ ਸੀ ਸ਼ੱਕ ਬਾਣੀਆਂ ਨਾ ਗਰਾਂ ਸੀ ਇੱਕ ਹੈ, ਇਸ ਤਰ੍ਹਾਂ ਕੋਈ ਨਾ ਸੀ ਇੱਥੇ। ਤਕਰੀਬਨ ਨਾਲ ਸਿਰਫ 5-6 ਘਰ ਹਨ, ਅਤੇ ਬਾਕੀ ਉਹਨਾਂ ਦੇ ਕੋਲ ਠੀਕ ਹੈ, ਤਕਰੀਬਨ ਜਾਂ ਕੋਈ 6-7 ਘਰ ਜਾਂ 5 ਘਰ ਨੇ ਇੱਥੇ। ਸੋ ਇੱਕ ਬੰਦੇ ਨੂੰ ਪੁੱਛਿਆ ਵੈ, ਪਤਾ ਨਹੀਂ ਉਹ ਸ਼ਾਇਦ ਉਹਨਾਂ ਦੱਸਿਆ ਵੈ, ਅਗਰ ਉਹਨੇ ਕਿਸੇ ਸਮਝ ਲੱਗੀ ਹੈ ਤਾਂ ਸਹੀ ਨਹੀਂ ਸਮਝਿਓ। ਇਹ ਜਨਾਬ ਉਹਨੇ ਹੈ ਕਿ ਜਿਹੜੇ ਸਾਂ ਬੰਦੇ ਬਾਣੇ ਉਹਨਾਂ ਨੇ ਕਾਰ ਰੇਲਾ ਸੀ, ਅਤੇ ਜਨਾਬ ਅਗਰ ਸਾਂ ਗਲਤ ਨਾ ਤਾਂ ਵਿਕਾਸ ਰਸ਼ੀਦ ਸਾਹਿਬ ਸਨ ਇੱਕ ਵਿਵਰਸ ਨੇ ਇੰਗਲੈਂਡ ਤੋਂ, ਉਹਨੇ ਜਨਾਬ ਰਿਕੁਐਸਟ ਕੀਤੀ ਸੀ ਕਿ ਸਾਨੂੰ ਗਰਾਂ ਜਾਓ ਉੱਥੇ ਇੱਕ ਵੀਡੀਓ ਬਣਾਓ। ਅੱਜ ਜਨਾਬ ਉਹਨੇ ਸਪੈਸ਼ਲ ਰਿਕੁਐਸਟ ਪਰਸਾਂ ਆ ਇੱਥੇ ਬਾਣੀਆਂ ਗਰਾਂ ਇੱਥੇ ਵੀਡੀਓ ਬਣਾਉਣ ਵਾਸਤੇ। ਅਤੇ ਅਗਰ ਸਾਂ ਕਿਸੇ ਜਗ੍ਹਾ ਨਹੀਂ, ਕਿਸੇ ਸ਼ੋਪ ਨਹੀਂ ਜਾਂ ਕਿਸੇ ਨਹੀਂ ਜਗ੍ਹਾ ਨਹੀਂ ਵੀਡੀਓ ਬਣਾਉਣਾ ਚਾਹੁੰਦੇ ਹੋ, ਅਸਾਂ ਨੰਬਰ ਸਾਨੂੰ ਸਕਰੀਨ 'ਤੇ ਨਜ਼ਰ ਆ ਰਹੀ, ਅਸੀਂ ਤੁਹਾਨੂੰ ਰਾਬਤਾ ਕਰ ਸਕਦੇ ਹੋ, ਅਤੇ ਬਾਕੀ ਸ਼ੁਰੂ ਕਰਨੇ ਆ ਅੱਜ ਦੀ ਵੀਡੀਓ ਜੀ। ਵਿਵਰ ਅਸਾਂ ਕਿੱਥੇ ਰਿਹਾਇਸ਼ੀ ਲੱਭੇ, ਇਹਨਾਂ ਨੂੰ ਗੱਪ ਸ਼ੱਪ ਲਾਉਣੇ ਆ। ਅਸਲਾਮ ਵਾਲੇਕਮ। ਸਰ ਨਵ ਕਿਆ ਨਾਮ ਸੁਣਾ? ਜੀ ਗੁਲਰੇਜ ਨਾਮ। ਸਭ ਤੋਂ ਪਹਿਲੇ ਸੰਗੀ ਸਹੀ ਗ੍ਰਾਂ ਦਾ ਨਾਂ ਦੱਸੋ, ਕਿ ਸਹੀ ਗ੍ਰਾਂ ਨਾ ਕਹਵੇ ਸਰ ਬਣੇ ਲਿਆ ਗਾ ਜੱਟ ਬਲਾਦਰੀ। ਅੱਛਾ, ਥੋੜ੍ਹੀ ਜਿਹੀ ਸੰਗੀ ਹਿਸਟਰੀ ਦੱਸੋ, ਅਸਾਂ ਵੀ ਇੱਥੇ ਨੇ ਤਕਰੀਬਨ ਕਰੀਬ ਹੀ ਰਹੇ ਰਹੇ ਹਾਂ, ਅਸਾਂ ਅਸੀਂ ਲੱਦੜ ਹੀ ਹੈ, ਥੋੜ੍ਹੀ ਗ੍ਰਾਂ ਥੋੜ੍ਹੀ ਹਿਸਟਰੀ ਸੰਗੀ ਦੱਸੋ। ਲੱਦੜ ਸਰ ਜ਼ਿਆਦਾ ਮੂਵਮੈਂਟ ਤਾਂ ਪਾਣੀ ਚਲਾ ਗਿਆ, ਲੱਦੜ ਮੈੜੇ ਵਿੱਚ ਗਿਣਿਆ ਜਾਣਾ। ਲੱਦੜ ਮੈੜਾ ਵੈ ਜਾ। ਅੱਛਾ, ਇੱਥੇ ਵਿਕਾਸ ਰਸ਼ੀਦ ਸਾਹਿਬ ਉਹਨਾਂ ਨੇ ਘਰ ਕਿਹੜਾ? ਉਹਨਾਂ ਸਰ ਇਹ ਸਾਹਮਣੇ ਘਰ। ਚਲੋ ਅਸੀਂ ਨਾਲ ਵਿਜ਼ਿਟ ਕਰਾਸੋ, ਅਤੇ ਬਾਕੀ ਮੰਗਲਾ ਡੈਮ ਨੇ ਹਵਾਲੇ ਨੇ ਕਿਆ ਬਣਾ ਚਾਹੋ? ਮੰਗਲਾ ਡੈਮ ਜਾ ਆਪਣੀ ਸੱਤਾ ਪਰ ਆ ਗਿਆ, ਰੁਕ ਗਿਆ, ਚੌਥਾ ਪੰਜਵਾਂ ਦਿਨ ਹੈ ਜਾਂ ਤਕਰੀਬਨ ਆਪਣੀ ਜਗ੍ਹਾ ਪਰ ਖਲ ਗਿਆ। ਕਿਸ ਲਈ ਨਾ ਪਾਣੀ ਹੋਰ ਚੜ੍ਹ ਸੀਏ? ਅੱਲਾ ਹੁਕਮ ਨਾ ਉਹਨੇ ਚੜ੍ਹ, ਪੂਰਾ ਹੋ ਗਿਆ ਪਾਣੀ। ਅੱਛਾ, ਪਾਣੀ ਪੂਰਾ ਗਿਆ, ਪਹਿਲੇ ਇੱਧਰ ਕਦੇ ਆਇਆ ਇਤਨਾ? ਆਉਣਾ ਦੇ ਇੱਥੇ। ਅੱਛਾ ਅੱਛਾ, ਇਤਨਾ ਹੋ ਗਿਆ, ਵਾਪਸ ਹੋ ਜਾਣਾ। ਸਾਂ ਪਹਿਲੇ ਪੱਕੇ ਥਾਣੇ ਰਹਿਣੇ ਵਾਲੇ ਸੀ ਜਾਂ ਕਿਤੇ ਬੁੰਨ ਰਹਿਣੇ ਸੀ ਪਹਿਲੇ ਡੇਮ? ਅਸਾਂ ਇੱਥੇ ਰਹਿਣੇ, ਪੱਕੇ ਸਾਂ ਇੱਥੇ ਰਹਿਣੇ ਸੀ। ਅਤੇ ਬਾਕੀ ਨਾ ਇੱਧਰ ਬੰਦੇ ਮੱਛੀ 'ਚ ਵੀ ਪਾਉਂਦੇ ਹਨ, ਸਹੀ ਮੱਛੀ ਪਾਉਂਦੇ ਹੋ ਕੋਈ? ਨਹੀਂ ਸਰ ਅਸਾਂ ਕੋਈ। ਅਤੇ ਵੈਸੇ ਅੱਛਾ, ਇੱਕ ਮੈਂ ਕਾਫੀ ਮੰਗਲਾ ਡੇਮ ਦੀ ਵੀਡੀਓ ਬਣਾਈ, ਮੈਂ ਸਾਰਿਆਂ ਨੂੰ ਤਕਰੀਬਨ ਸਵਾਲ ਕੀਤਾ, ਅਸੀਂ ਮੰਗਲਾ ਡੇਮ ਨਾਲ ਫਾਇਦਾ ਜਾਂ ਨੁਕਸਾਨ ਹੈ, ਆਪਣੇ ਜ਼ਿਹਨ ਦੇ ਮੁਤਾਬਿਕ ਕਿਆ ਬਣਾ? ਅਸੀਂ ਸਰ ਫਾਇਦਾ ਹੋਣਾ ਚਾਹੀਦਾ, ਲੇਕਿਨ ਹਿਸਾਬ ਨਾਲ ਹੋਰ ਨਹੀਂ ਗਿਆ। ਮਤਲਬ ਬਾਜ਼ਾਰਾਂ ਵਿੱਚ ਸ਼ੋਰ ਪਿਆ ਨੇ, ਬਿਜਲੀ ਦੇ ਮਿਲ ਦੂਸਰਾ ਤੀਸਰਾ, ਆਣੇ ਮੁਗਲਾਤ ਤਾਂ ਹੋਣੇ ਨਹੀਂ ਸੀ, ਚੇਨੇ ਇਸ ਤਰ੍ਹਾਂ ਪਾਉਣੀ ਹੋਣੇ ਜਵਾਬ ਦੇ। ਉਹ ਨਾ ਆਣੇ ਸੀ ਨੇ ਕਿ ਮੰਗਲਾ ਡੈਮ ਨੇ ਆਇਆ, ਕਿਸੇ ਨੇ ਬਿਜਲੀ ਫਰੀ ਹੋ ਸੀ ਹੈ, ਫਰੀ ਤਾਂ ਛੋੜੋ, ਅਸੀਂ ਟੈਕਸ ਇਤਨੇ ਫਰੀ ਗਏ, ਟੈਕਸ ਇਤਨੇ ਹੋ ਗਏ ਕਿ ਦੇਣਾ ਮੁਸ਼ਕਲ ਹੋ ਗਿਆ। ਗਰੀਬ ਬੰਦੇ ਤਾਂ ਬੜਾ ਮੁਸ਼ਕਲ ਹੈ, ਕਿਤਨਾ ਬਿੱਲ ਆਇਆ ਵੈਸੇ ਤੁਹਾਨੂੰ? ਸਾਰਾ ਸਰ ਥੋੜ੍ਹਾ ਆਸ਼ ਨਾ, ਕਿਉਂਕਿ ਅਸਾਂ ਮੰਗਲਾ ਡੈਮ ਨਹੀਂ ਹੈ ਦੂਰ ਦੂਰ 'ਚ, ਬਾਹਰ ਆ ਕੇ ਬਾਜ਼ਾਰਾਂ ਵਿੱਚ ਜਾਣਾ ਜ਼ਿਆਦਾ ਆਈ ਗਿਆ। ਅਸਾਂ ਨੇ 17,000 ਰੁਪਏ ਮੈਂ ਨਾ ਜੁਲਾ ਜ਼ਰਾ ਅਗਰ ਸਾਥ ਦਿਓ ਤਾਂ ਜਿਸਦਾ ਮੈਨੂੰ ਕਾਰਨ ਆਈ ਮਿਊਜ਼ਿਕ ਕਰੇ ਸ਼ੁਰੂ ਕਰਾ। ਆਓ ਜੀ। ਅੱਛਾ ਮੰਸ ਵਿਵਰ ਜੀ, ਉਹਨਾਂ ਨੇ ਘਰ ਸੀ ਜਿੰਨਾ ਸੰਗ ਰਿਕੁਐਸਟ ਕੀਤੀ ਸੀ ਵੀਡੀਓ ਨਹੀਂ, ਅਗਰ ਸਾਂ ਵੀ ਸੱਜਗਾ ਨਹੀਂ ਜਾਂ ਕਿਸੇ ਚੀਜ਼ ਨਹੀਂ ਵੀਡੀਓ ਬਣਾਉਣਾ ਚਾਹੁੰਦੇ ਹੋ ਨਾ, ਅਸੀਂ ਨੰਬਰ ਅਸਾਂ ਨੰਬਰ ਸਾਂ ਸਕਰੀਨ ਨਜ਼ਰ ਆ ਰਹੇ ਸੀ, ਅਸਾਂ ਰਾਬਤਾ ਕਰੀ ਸਕਦੇ ਹੋ ਜੀ। ਵਿਵਰ ਦੱਸਾਂ ਗਿਆ ਉਹਨਾਂ ਨੇ ਘਰ, ਕਿਸੇ ਨੂੰ ਪਾਣੀ ਬਿਲਕੁਲ ਇਹਨਾਂ ਨੇ ਕਿਨਾਰੇ ਨਾਲ ਲੱਗੇ ਆ ਜੀ। ਵਿਵਰਸ ਇੱਥੇ ਪਾਰ ਦਰਖਤ ਹੈ, ਇੱਥੇ ਇਹਨਾਂ ਨੇ ਕਬਰਸਤਾਨ ਹੋਣਾ ਸੀ, ਇਹਨਾਂ ਜ਼ਿਕਰ ਕੀਤਾ ਸੀ ਵੀਡੀਓ 'ਚ, ਅਤੇ ਕਬਰਸਤਾਨ ਤੱਕ ਉਹਨਾਂ ਨੂੰ ਤਕਰੀਬਨ ਸਾਰਾ ਹੀ ਡੁੱਬੀ ਗਿਆ ਵੈ, ਇੱਕ ਟੈਂਕੀ ਸੀ ਨਜ਼ਰ ਆ ਰਹੀ ਹੈ। ਅਤੇ ਜਨਾਬ ਤੁਸਾਂ ਨੇ ਕੋਈ ਕਿਆ ਲੱਗਣਾ ਆਪਸ ਵਿੱਚ ਜਾਣ ਜਾਣ ਪਛਾਣਾ ਹੈ? ਅੱਛਾ ਅੱਛਾ ਅੱਛਾ, ਵੈਸੇ ਕਿਆ ਸਮਝਣਾ, ਇੱਥੇ ਨੇ ਜਿਹੜੇ ਲੋਕ ਸਨ ਉਹਨਾਂ ਜ਼ਿੰਦਗੀ ਆਸਾਨ ਹੈ, ਮੰਗਲਾ ਡੈਮ ਜਿੱਥੇ ਮੁਸ਼ਕਲ ਹੈਗੀ ਹੈ? ਜੀ ਵਿਵਰਸਾਂ ਤੱਕ ਲੱਗੇ ਹੱਸੋ,
माशाल्लाह तक सकना कितना वैसे खूबसूरत नज़ारा वै। असल च मंगला डेवन टपाई तो काफ़ी सारी की है, पर से नाल काफ़ी सारे फायदे भी बड़े हुए हैं। एक तो खूबसूरती ना इजाफा होया वै, दूसरा चलो बिजली महंगी हुई है पर बिजली इतना पैदावार काफ़ी ज़्यादा वै। बाकी तक सकना मंगला डेम जी आने हाइट है ना 1242 बिल्कुल फुल हो चुकी है। अगर फुल ना होनी ये पानी तो अपने बिगड़ा दंदे नाल लगे वै, ये बिल्कुल जनाब अंदर बढ़ गया है। तो कैमरा मैन साहब जरा दृश्यो जरा घर दृश्य विजिट करा उसमें। अच्छा करी सकने टैंकी से नज़र आ रही होती इस टाइम सिर्फ या बाहर सी कब्रस्तान कब्रस्तान इस वीडियो बनानी सी, पर वो सारा तक सकने पानी डुबे आवे सिर्फ इस दरख्त लग गया ना इस एरिए कब्रस्तान से। बाकी इधर तक सकने मंजा हिंजा बिल्कुल नाल किनारे बदी हैं, तो एक घर भी तक सकने मंगला डैम नहीं हदूद तो बाहर है। अगर पानी ज़्यादा होना ना तो फिर अंदर छने सन, नहीं तो हूँ 1242 फुल होया वै इस वजह न पानी इतने रुकी गया। हूँ जी भी वर्षा तक सकने पानी बिल्कुल मकान दीवार ना लगने वाला है। सो ये जो मकान है सारे दूर ते असं जिन्हें अगले पिछली वीडियो बनाई है ना असं पास सफेदन दरख्त नजर ही असन असं पिछली बार वीडियो उतना बनाई सी तो वह भाई ना जनाब तकी सी और जनाब उस तो बाद असं इधर आया। बाकी तक सकने इधर खोती खेती बदी पूरा माहौल है जनाब इतने, तो तक सकने मच्छी भाई और मच्छी हिस्टी पोड़ी रहे। बाकी सूर्य जनाब ये चमकन लगे वह शदीद गर्मी सी, ते बाकी जल्द ना पिछली साइड पर असं कुछ ना विजिट कराने जनाब। चलो जिला हूं वो मच्छी से लपानी है ना कुंडिया ना कुछ आई जाओ वो अच्छो अला फोड़ो मैं तकना आहो बड़ी गल है जी इतना तो क्रिश लिखड़े हो जी क्रिश पौना होना मच्छी फिर देखो जी असा ने दोस्त मच्छी पौड़ी है एक कौन खासी है मेरा शबाज शरीफ भी आखिर तुम्हें तो अपनी सलामी दी जासी ਜਿਹੜੀ ਤੁਸੀਂ ਮੰਗਣਾ ਡੈਮ ਦੇ ਅੰਦਰੋਂ ਇਤਨੀ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਇਹ ਸਾਨੂੰ ਨਾਂ ਜਨਾਬ ਦਰਜ ਸੀ ਕਿ ਸਾਂ ਦੁਨੀਆ ਸਭ ਤੋਂ ਬੜੀ ਮੱਛੀ ਪੋੜੀ ਹੈ ਕਮਾਲ ਕੀਤਾ ਹੈ ਧੋਤੀ ਪਾੜੀ ਤਾਂ ਰਮਾਲ ਕੀਤਾ ਹੈ ਕਿਤੇ ਜ਼ਹਿਨ ਜ਼ਹਿਨ ਜਾਂਦੇ ਨੇ ਲਿਆ ਜਾਉਣ ਸੀ ਜਾਂਦੇ ਵਿੱਚ ਸਾਂ ਜਿੱਦਾਂ ਵਾਪਸ ਚਲੋ ਆਈ ਜਾਓ ਨਾ ਅਸਾਂ ਮੱਛੀ ਲੱਗੀ ਹੈ ਕੋਈ 15 ਡੋਰਾਂ ਲਾਈ ਗਿਆ ਥੇ ਆਹ ਹਾ ਹਾ ਜ਼ੋਰ ਮਾਰ ਰਹੀ ਹੈ ਜੀ ਆਹ ਜਨਾਬ ਚੈੱਕ ਕਰੋ ਜੀ ਚੰਗੀ ਬੜੀ ਮੱਛੀ ਕੱਢੀ ਹੈ ਇਹ ਜਨਾਬ ਮੈਂ ਆਪਣੇ ਦੋਸਤਾਂ ਯਾਰਾਂ ਸਾਰੀਆਂ ਬਲਾਸਾਂ ਜਿੰਨੇ ਵੀ ਆਣ ਕੇ 10 12 13 14 15 ਸਾਰੀਆਂ ਬਲੇ ਜਨਾਬ ਪੂਰੀ ਇੱਕ ਮੱਛੀ ਪਾਰਟੀ ਹੋ ਸੀ ਮਹਿਮੂਦ ਸਾਹਿਬ ਕੰਡੇ ਤਾਂ ਨਹੀਂ ਮਾਰਨੀ ਕੰਡੇ ਬੜੇ ਡਾਡੇ ਮਾਰਨੀ ਆ ਜਨਾਬ ਮੈਂ ਕਿਸ ਚੀਜ਼ਾਂ ਸਮਝ ਨਹੀਂ ਲੱਗੀ ਹੈ ਕਿ ਜਿਹੜਾ ਇਹ ਮੱਛੀ ਪਾਉਣ ਨਾ ਇਹ ਜਨਾਬ ਮੂੰਹ ਵਾਲ ਸਾਈਡ ਇਸਨੇ ਕੁੰਡੀ ਫਸਣੀ ਹੈ ਇਸਨੇ ਜਨਾਬ ਦੇ ਕੋ ਪਿੱਛਾ ਫਸੀ ਇਹ ਕਾ ਚੱਕਰ ਹੋਇਆ ਦੋਸਤਾ ਇਧਰ ਆਣਾ ਤੂੰ ਸਮਝਦਾਰ ਬੰਦਾ ਲੱਗਣਾ ਬਾਹਰ ਸੰਗ ਇਧਰ ਆਣ ਉਹ ਅੱਛਾ ਜੀ ਉਸਤਾਦ ਸ਼ਰਮਾਣੇ ਕਿਉਂ ਅਲਾ ਹਾਲੀ ਸਹੀ ਦੇਣ ਦੱਸੀ ਜਾ ਪਿੱਛਾ ਕਿ ਕੁੰਡੀ ਲੱਗੀ ਹੈ ਇਸਨੇ ਇਹ ਇੱਕ ਸਮੇਂ ਸਾਂ ਜ਼ਿਆਦੀ ਕਰੀ ਗਿਆ ਸਾਂ ਮੈਂ ਖੁਸ਼ ਹਾਂ ਮੈਂ ਜ਼ਿੰਦਗੀ 'ਚ ਮੈਂ ਪਹਿਲੀ ਵਾਰੀ ਮੱਛੀ ਪੋੜੀ ਹੈ ਓਹੋ ਇਹ ਜਨਾਬ ਮੁੜਾ ਖਲਦੇ ਆ ਕੈਮਰਾ ਫਿਰੋ ਜੀ ਗੋਰੀ ਪਹਿਲੇ ਨਹੀਂ ਦੱਸੋ ਸ਼ਰਮਾਣੇ ਨੇ ਥੋੜ੍ਹੇ ਜਿਹੇ ਆਣੇ ਜਨਾਬ ਕਿ ਇੱਕ ਕੁੰਡੀ ਮੈਂ ਆਪੇ ਲੈ ਸੱਟੀ ਹੈ ਕਸਮੇ ਮੈਂ ਸਮਝਿਆ ਸੀ ਮੱਛੀ ਲੱਗੀ ਹੈ ਹੁਣੇ ਸਾਨੂੰ ਧੋਖਾ ਹੋ ਗਿਆ ਜਨਾਬ ਇਹ ਆਪਣ ਸੀ ਬੜਾ ਦੁੱਖ ਹੋਇਆ ਉਸਤਾਦ ਜੀ ਕਸਮੇ ਓਹੋ ਮੈਂ ਬੜਾ ਖੁਸ਼ ਹੋਇਆ ਸਾਂ ਤੁਸੀਂ ਜ਼ਿੰਦਗੀ 'ਚ ਪਹਿਲੀ ਵਾਰੀ ਮੱਛੀ ਪੋੜੀ ਹੈ ਮੈਂ ਕਿਹਾ ਦੋ ਤਰ੍ਹਾਂ ਵਾਰ ਟਰਾਈ ਕੀਤੀ ਹੈ ਕਦੇ ਵੀ ਮੱਛੀ ਇੱਕ ਵੀ ਨਹੀਂ ਲਿਕੜੀ ਮਾੜੇ ਕੋਲੋਂ ਪਹਿਲੀ ਵਾਰੀ ਮੈਂ ਖੁਸ਼ ਹੋਇਆ ਸਾਂ ਮੱਛੀ ਪੋੜੀ ਹੈ ਹਾਂ ਅਤੇ ਜਨਾਬ ਅਸੀਂ ਰੱਖਣੇ ਹਾਂ ਦੁਬਾਰਾ ਥੱਲੇ ਇਸਾ ਬੱਚੇ ਇੱਕ ਹੋਰ ਮੱਛੀ ਪੋੜੀ ਉਸ ਨੂੰ ਦੱਸਣੇ ਆ ਇਹ ਜਨਾਬ ਚੈੱਕ ਕਰੋ ਸਾਰੀ ਕਿਹੜੀ ਮੱਛੀ ਹੈ ਮੱਲੀ ਹੈ ਕਿਤਨਾ ਵਜ਼ਨ ਹੋਸੀ ਸੀ ਨਾ ਕੰਡੇ ਨਹੀਂ ਮਾਰਨੀ ਜਨਾਬ ਉਹਨੇ ਕੰਡੇ ਮਾਰਨੀ ਆ ਮੈਂ ਡਰ ਲੱਗਣਾ ਹੱਥ ਲੈਣੇ ਉਸੀ ਪਾ ਅੱਧਾ ਕਿਲੋ ਸੀ ਨਾ ਅੱਧਾ ਕਿਲੋ ਨਾ 5 ਕਿਲੋ ਨਹੀਂ ਜੀ ਮੈਂ ਮਹਿਮੂਦ ਸਾਹਿਬ ਝੂਠਾ ਮਰਵਾਇਆ ਕਰੋ ਮਾੜੇ ਕੋਲ ਮੈਂ ਆਪਣੇ ਵਿਊਅਰ ਜੀ ਕਹਿ ਦੱਸਾਂ ਕਿ 5 ਕਿਲੋ ਮੱਛੀ ਪੋੜੀ ਹੈ ਐਂ ਬੇਸਤੀ ਨਾ ਕਰਾਓ ਜੀ ਮਾੜੇ ਤੋਂ ਚਲੋ ਸਾਨੂੰ ਹੜੇ ਮੈਂ 5 ਕਿਲੋ ਮੰਨੀ ਕਿੰਨਾ ਇਹ ਜਨਾਬ ਅਸੀਂ ਵਾਪਸ ਕਰਨੇ ਹਾਂ ਵਿੱਚ ਪਾਣੀਆਂ ਨੇ ਵਿਊਅਰ ਸ਼ੁਗਰ ਮੇਲਾ ਜ਼ਿੰਦਗੀ ਨੇ ਸਭ ਹੈ ਅਸਲ ਮੈਂ ਵੀਡੀਓ ਤਾਂ ਬਣਾਉਣੇ ਤਾਂ ਆਇਆ ਸਾਂ ਸੋ ਉਸ ਅੜਕਾ ਮੈਂ ਦੱਸਿਆ ਨਾ ਗ੍ਰਾਂ ਨਾਪ ਚੈੱਕ ਕਰੋ ਇਹ ਨਾ ਬੰਦ ਵਧਿਆ ਸੀ ਐਂ ਚੈੱਕ ਕਰੋ ਕੰਕਰੀਟ ਨਹੀਂ ਦੀਵਾਰ ਬਣਤੀ ਸੀ ਇਹ ਬਣਤੀ ਇਸ ਤੋਂ ਡੈਮ ਮਾਰੂ ਹੈ ਇਹਤਿਆਤ ਮਾਰੇ ਪਤਾ ਕੋ ਪਾਣੀ ਸੇ ਬਿਲਕੁਲ ਜਨਾਬ ਪੂਰਾ ਇੱਕ ਗੇਟ ਰਹਿ ਗਿਆ ਅਗਰ ਪਾਣੀ ਹੋਰ ਚੰਨਾ ਸੀ ਨਾ ਇੱਥੋਂ ਭਰੀ ਜਾ ਰਹੇ ਫਿਰ ਨਾਲ ਮਸਜਿਦ ਸੀ ਨਹੀਂ ਕੋਈ ਪੁਰਾਣੀ ਚੀਜ਼ ਯਾਦ ਹੈਗੀ ਥੱਲਾ ਸਾਂ ਇੱਕ ਵਾਰੀ ਆਇਆ ਬਚਪਨ 'ਚ ਕ੍ਰਿਕਟ ਖੇਡਣ ਵਾਸਤੇ ਤਕਰੀਬਨ ਅੱਜ ਤੋਂ ਕੋਈ ਕਾਫੀ ਸਾਲ ਪਹਿਲੇ 10-12 ਸਾਲ ਪਹਿਲੇ 2012-13 ਨਿਕਾਲੇ ਸਾਂ ਬੱਚੇ ਬੱਚੇ ਹੋਣੇ ਸਾਂ ਅਸੀਂ ਕ੍ਰਿਕਟ ਖੇਡਣ ਤਾਂ ਆਇਆ ਸਾਂ ਇੱਧਰ ਜਿਵੇਂ ਪਰ ਚੈੱਕ ਕਰ ਸਕਣੇ ਇਸ ਬਾੜੀ ਤੋਂ ਕੋਈ ਸੁਣਿਆ ਪੂਰੀ ਪਾਣੀ ਹੈ ਉਹ ਪਾਰ ਲੱਦਰ ਗਰਾਂ ਵੇ
ਇਹ ਜਨਾਬ ਗ੍ਰਾਂ ਸੀ ਬਾਣੀਆਂ ਨਾ ਗ੍ਰਾਂ ਜਿੱਥੇ ਅਸਾਂ ਵੀਡੀਓ ਬਣਾਉਣੀ ਸੀ ਅਤੇ ਕਿਸੇ ਨੂੰ ਮਸਜਿਦ ਬਿਲਕੁਲ ਜਨਾਬ ਚੈੱਕ ਕਰੋ ਅਗਰ ਐਤ ਕੋਈ ਦੀਵਾਰ ਬਣਦੀ ਸੀ ਬੰਦ ਕੰਕਰੀਟ ਨਾਲ ਅਤੇ ਇਸਨੇ ਜਨਾਬ ਬਿਲਕੁਲ ਤਕਰੀਬਨ ਇੱਕ ਗਿੱਠ ਪਾਣੀ ਰਹਿ ਗਿਆ ਵੈ ਤਕਰੀਬਨ ਛੇ ਇੰਚ ਪਾਣੀ ਰਹਿਣਾ ਹੋਵੇ ਅਗਰ ਪਾਣੀ ਥੋੜ੍ਹਾ ਜਿਹਾ ਹੋਰ ਹਾਈਟ ਸੀ ਥੋੜ੍ਹੀ ਜਿਹੀ ਜ਼ਿਆਦਾ ਹੋਣੀ ਹੈ ਨਾ ਇਹ ਪਾਣੀ ਜਨਾਬ ਦੇ ਉੱਪਰ ਚੜ੍ਹਾ ਰਹੇਗਾ ਮੱਛੀ ਨੂੰ ਤਰਫ ਲਾ ਜਾ ਯਾਰ ਅਤੇ ਬਾਕੀ ਤਾਂ ਕੁਛ ਨੇ ਦੋਸਤ ਮੱਛੀ ਪਾਉਂਦੇ ਪੈਣ ਪਰ ਉੱਥੋਂ ਕੰਕਰੀਟ ਦੀ ਦੀਵਾਰ ਸ਼ੁਰੂ ਹੋਣੀ ਹੈ ਇੱਥੇ ਬੰਦ ਬਣਾਇਆ ਗਿਆ ਸੀ ਇੱਥੇ ਸ਼ੁਰੂ ਹੋਣੀ ਹੈ ਅਤੇ ਜਨਾਬ ਜਿੱਥੇ ਜਾਣੀ ਹੈ ਇੱਥੇ ਖੰਨਾ ਪਾਪਾ ਥੋੜ੍ਹਾ ਰਸਤਾ ਦੱਸੋ ਮੱਛੀ ਕੱਢੀਏ ਉਹ ਵਾਹ ਜੀ ਵਾਹ ਜੀ ਵਾਹ ਇੱਕ ਹੋਰ ਗੱਡੀ ਮਾਰੀ ਨੇ ਜੀ ਕਸਮੇ ਮੈਂ ਜੀ ਕਮਾਲ ਕੀਤਾ ਜੀ ਉਸਤਾਦ ਜੀ ਉਸਤਾਦ ਜੀ ਇਹ ਉਸਤਾਦ ਜੀ ਹੈਲੋ ਹੈਦਰ ਅਲੀ ਸਾਹਿਬ ਆਪਕੋ ਮੱਛੀ ਮੁਬਾਰਕ ਹੋ ਵੀ ਸ਼ਰਮਾਣੇ ਜੀ ਕਹਿਣਾ ਤੁਸਾਂ ਨਾ ਸੁਭਾਨ ਤਾਂ ਕਿ ਮੁੰਡਾ ਕੁਛ ਕੌਣ ਤੂੰ ਮੱਛੀ ਪਾਉਣਾ ਤੇ ਮੁੰਡਾ ਤਾਂ ਕਿਹਾ ਕੌਣ ਸ਼ਰਮਾਉਣਾ ਪਿਆ ਮੰਜਾਂ ਤਵਾੜੀਆਂ ਪਹਿਲੇ ਇੱਥੇ ਵਧੀਆਂ ਹੋਣੇ ਸਹੀ ਪਹਿਲੇ ਤਾਂ ਬੁਨ ਬੰਨੇ ਸੋ ਇੱਥੇ ਬੁਨ ਬੰਨੇ ਹੋਣੇ ਸੋ ਅੱਲਾ ਹੁਣ ਪਾਣੀ ਚੜਿਆ ਨੇ ਤਾਂ ਪਿੱਛੇ ਨਹਾਉਣਾ ਇਸ ਤਰ੍ਹਾਂ ਬੜਿਆ ਡੁੱਬੀ ਜਾਸੋ ਨਹਾਉਣੇ ਤਾਂ ਨਾ ਜਾਣੇ ਅੱਲਾ ਧਿਆਨ ਰੱਖਿਆ ਬਾਕੀ ਜਨਾਬ ਚੈੱਕ ਕਰੋ ਕੰਕਰੀਟ ਦੀ ਵਾਰਸਾਂ ਲੱਗੀ ਹੈ ਇੱਥੇ ਨਹੀਂ ਜਾਣੀਆਂ ਮੈਂ ਤੁਹਾਨੂੰ ਦੱਸਣਾ ਵਾਂ ਇੱਥੇ ਦਰਖਤ ਵੀ ਲੱਗੇ ਨਾਲ ਮੰਜਾਂ ਨੂੰ ਮੰਜਾਂ ਕੋਲ ਡਰ ਲੱਗਣਾ ਚੈੱਕ ਕਰੋ ਦੀਵਾਰ ਹੈ ਉਹ ਐਂਡ ਜੀਆਂ ਜਾਣ ਲੱਗੀ ਸੀ ਬਾਕੀ ਇੱਧਰ ਹੀ ਤਾਂ ਕਿਸੇ ਨੂੰ ਕਾਰ ਨੇ ਮਸਜਿਦ ਬਣਦੀ ਵੀ ਹੈ ਆਈ ਜਾਓ ਉਸਤਾਦ ਜੀ ਆਈ ਜਾਓ ਅਸਾਂ ਨੇ ਦੋਸਤ ਜਨਾਬ ਮਕਾਣੇ ਨਹੀਂ ਪਏ ਉਹਨੇ ਦਿਲ ਕਰਨਾ ਮੱਛੀ ਪਾਉਂਦੇ ਨਾ ਜੇ ਉਹ ਗ੍ਰਾਂ ਤੁਸੀਂ ਦੱਸਿਆ ਨਾ ਉਹ ਪਾਰ ਜਗ੍ਹਾ ਨਜ਼ਰ ਆ ਰਹੇ ਹਨ ਸਾਂ ਕਿ ਇਹ ਸਾਰਾ ਜਨਾਬ ਕਲਿਆਲ ਹੈ ਇੱਥੇ ਵੀ ਸਾਂ ਵੀਡੀਓ ਬਣਾਈ ਗਏ ਅੱਗੇ ਅਗਰ ਸਮਾੜੇ ਪ੍ਰੋਪਰ ਵੀਵਰ ਜੋ ਤੁਸੀਂ ਪਤਾ ਸੀ ਹੈ ਇੱਥੇ ਮੈਂ ਗਿਆ ਸਾਂ ਗ੍ਰਾਂ 'ਚ ਠੀਕ ਠਾਕ ਵੀ ਇਸ ਜਗ੍ਹਾ ਪਰ ਬਾਕੀ ਮੈਂ ਆਪਣੇ ਦੋਸਤੀ ਤਿਆਰ ਕਰਾਂ ਵਾਪਸੀ ਵਾਲੇ ਪਾਸੇ ਤਿਆਰੀ ਕਰਾਂ ਘਰ ਵਾਲੇ ਪਾਸੇ ਮੰਜੇ ਕੋਲ ਡਰ ਲੱਗਣਾ ਜੀ ਬਾਕੀ ਮੈਂ ਜਨਾਬ ਉਮੀਦ ਕਰਨਾ ਸੀ ਕਿ ਅੱਜ ਨੂੰ ਵੀਡੀਓ ਪਸੰਦ ਆਈ ਹੋ ਸੀ ਦੋਸਤੀ ਅੱਜ ਵੀਡੀਓ ਪਸੰਦ ਆਈ ਹੈ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਔਰ ਕਮੈਂਟ ਜ਼ਰੂਰ ਕਰਿਆ ਕਰੋ ਬਾਕੀ ਤੁਸੀਂ ਮਿਲਦੇ ਹਾਂ ਅਗਲੀ ਵੀਡੀਓ 'ਚ ਤਦ ਤੱਕ ਅੱਲਾ ਸੁਣਨ ਵਾਲੇ